ਬਠਿੰਡਾ ਪੁਲਿਸ ਨੇ ਨਸ਼ੇ ਦੀ ਤਸਕਰੀ ਕਰਨ ਵਾਲੇ ਅੰਤਰਰਾਸ਼ਟਰੀ ਗਿਰੋਹ ਦੇ ਦੋ ਲੋਕਾਂ ਨੂੰ 310 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ, ਜਿਨ੍ਹਾਂ ਦੇ ਵਿੱਚੋਂ ਇੱਕ ਨਾਈਜੀਰੀਅਨ ਹੈ, ਜਦਕਿ ਇਨ੍ਹਾਂ ਦੇ ਤੀਜੇ ਸਾਥੀ ਦੀ ਤਲਾਸ਼ ਜਾਰੀ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਦਿੱਲੀ ਦੇ ਵਿੱਚ ਇਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਪੁਲਿਸ ਦੇ ਵੱਲੋਂ ਇਨ੍ਹਾਂ ਦਾ 4 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਗਿਆ। ਜੀ ਸਰ, ਅੱਜ ਪ੍ਰੈਸ ਕਾਨਫਰੰਸ ਕੀਤੀ ਹੈ, ਕੀ ਮੇਨ ਇਹਦਾ ਮੋਟੀਵੇਸ਼ਨ? ਹਾਂ, ਇਹਦਾ ਰਿਗਾਰਡਿੰਗ ਇਹ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਵਿੱਚੋਂ ਸ਼੍ਰੀ ਨਵੀਨ ਕੁਮਾਰ IPS SSP ਬਠਿੰਡਾ ਵੱਲੋਂ ਜਿਹੜੀ ਹੈ ਨਸ਼ਿਆਂ ਦੇ ਖਿਲਾਫ ਜਿਹੜੀ ਕੰਪੇਨ ਸ਼ੁਰੂ ਕੀਤੀ ਹੋਈ ਹੈ। ਸੋ ਇਸ ਕੰਪੇਨ ਦੇ ਦੌਰਾਨ ਹੀ ਸੀ ਇੰਚਾਰਜ ਰਜਿੰਦਰ ਕੁਮਾਰ ਜੀ ਅਤੇ ਉਹਨਾਂ ਦੀ ਪਾਰਟੀ ਹੈ ASI ਕਿਰਪਾਲ ਸਿੰਘ, ਉਹਨਾਂ ਨੂੰ ਸੀਕਰਟ ਇਨਫੋਰਮੇਸ਼ਨ ਮਿਲੀ ਸੀ ਕਿ ਵੀ ਦੋ ਬੰਦੇ, ਇੱਕ ਮਾਈਕਲ ਚੁਕੋ ਜੀ ਨਜ਼ੀਰੀਅਨ ਹੈ ਅਤੇ ਦੂਸਰਾ ਗੁਰਮੀਤ ਸਿੰਘ ਠੰਡੇ ਦਾ, ਵੀ ਇਹ ਹੀਰੋਨ ਦਾ ਕੰਮ ਕਰਦੇ ਨੇ। ਸੋ ਇਹਨਾਂ ਨੇ ਇਨਫੋਰਮੇਸ਼ਨ ਨੂੰ ਡਿਵੈਲਪ ਕੀਤਾ, ਪਰਚਾ ਦਰਜ ਕੀਤਾ ਪਹਿਲਾਂ। ਪਰਚਾ ਦਰਜ ਕਰਨ ਤੋਂ ਬਾਅਦ ਦਿੱਲੀ ਤੋਂ ਇਹਨਾਂ ਨੇ ਮਾਈਕਲ ਚੁਕਵੋਡੀ ਅਤੇ ਉਹਨੂੰ ਦੂਸਰੇ ਜਿਹੜੇ ਉਹਦਾ ਸਾਥੀ ਸੀ ਗੁਰਮੀਤ ਸਿੰਘ, ਉਹਨਾਂ ਨੂੰ ਰਾਊਂਡ ਅਪ ਕੀਤਾ, ਜਿਨ੍ਹਾਂ ਦੇ ਕਬਜ਼ੇ ਦੇ ਵਿੱਚੋਂ ਚੁਕਵੋਡੀ ਦੇ ਜਿਹੜਾ ਕਬਜ਼ੇ ਵਿੱਚੋਂ 260 ਗ੍ਰਾਮ ਅਤੇ ਗੁਰਮੀਤ ਸਿੰਘ ਦੇ ਕਬਜ਼ੇ ਦੇ ਵਿੱਚੋਂ 50 ਗ੍ਰਾਮ ਜਿਹੜੀ ਹੈ ਹੀਰੋਨ ਬਰਾਮਦ ਹੋਈ ਹੈ। ਉਹਦੇ ਰਿਗਾਰਡਿੰਗ ਸਿਵਲ ਲਾਈਨ ਦੇ ਵਿੱਚ ਪਰਚਾ ਦਰਜ ਹੋ ਗਿਆ ਅਤੇ ਇਹਨਾਂ ਦੋਨਾਂ ਬੰਦਿਆਂ ਦਾ ਜਿਹੜਾ ਹੈ ਦੋਸ਼ੀਆਂ ਦਾ ਰਿਮਾਂਡ ਲੈ ਲਿਆ, ਰਿਮਾਂਡ ਲੈਣ 4 ਦਿਨ ਦਾ ਪੁਲਿਸ ਰਿਮਾਂਡ ਇਹਨਾਂ ਦਾ ਮਿਲਿਆ। ਸੋ ਫਰਦਰ ਅਸੀਂ ਇਹਦੀ ਪੁੱਛਗਿੱਛ ਕਰਾਂਗੇ, ਅੱਗੇ ਇੰਟੈਰੋਗੇਟ ਕਰਾਂਗੇ ਇਹਨਾਂ ਨੂੰ ਵੀ ਐਕਚੁਅਲੀ ਸੋਰਸ ਕੀ ਹੈ, ਕਿੱਥੋਂ ਲਿਆਉਂਦੇ ਨੇ, ਕਿਵੇਂ ਸਪਲਾਈ ਹੁੰਦੀ ਹੈ। ਸਰ, ਕਿੰਨੇ ਟਾਈਮ ਤੋਂ ਕਰਦੇ ਸੀ? ਹਾਂ, ਇਹ ਤਕਰੀਬਨ 6 ਮਹੀਨਿਆਂ ਤੋਂ ਜਿਹੜਾ ਹੈ ਕਰ ਰਹੇ ਹਾਂ। ਫਰਦਰ ਅਸੀਂ ਸਾਰੇ ਦੇਖਾਂਗੇ ਕਿੱਥੇ ਕਿੱਥੇ ਬੰਦੇ ਜਿਹੜਾ ਹੈ ਸਪਲਾਈ ਕਰਦੇ ਨੇ। ਅਤੇ ਇਹਨਾਂ ਦੇ ਪਹਿਲੇ ਵੀ ਕੋਈ ਪਰਚੇ ਵਗੈਰਾ ਹੈ? ਨਹੀਂ, ਪਹਿਲਾਂ ਕੋਈ ਪਰਚਾ ਜੇ ਸਾਡੇ ਨੋਟਿਸ ਨਹੀਂ ਆਇਆ ਹੈ। ਹਾਂ, ਉਹ ਚੈੱਕ ਕਰਾਂਗੇ ਅਸੀਂ ਸਰ, ਗੱਡੀ ਦਾ ਪਾਰਟ ਆਫ ਇਨਵੈਸਟੀਗੇਸ਼ਨ। ਬਠਿੰਡਾ ਤੋਂ ਜੁਗਨੂ ਸ਼ਰਮਾ ਦੀ ਰਿਪੋਰਟ, ਜਗਤ ਸੇਵਕ, ਵੈਬ TV।